ਪਹਿਲੇ 1 ਸਾਲ ਚ ਭਗਵੰਤ ਮਾਨ ਸਰਕਾਰ ਵੇਲੇ ਕਿਹੋ ਜਿਹੀ ਰਹੀ ਅਮਨ ਕਾਨੂੰਨ ਦੀ ਸਥਿਤੀ ਅੱਜ ਵੀ ਮੈਂ ਦੱਸਿਆ ਆਂ ਕਿ ਕਈ ਦੇ ਹਾਕਿਆਂ ਤੋਂ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਇੱਕ ਚਿੰਤਾ ਦਾ ਵਿਸ਼ਾ ਰਹੀ ਆ ਔਰ ਜਿਸ ਵੇਲੇ ਇਹ ਨਵੀਂ ਸਰਕਾਰ ਬਣੀ ਆ ਪਿਛਲੀ ਮਾਰਚ ਦੇ ਵਿੱਚ ਉਸ ਵੇਲੇ ਵੀ ਮੰਨੇ ਜਾਂਦਾ ਸੀ ਕਿ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਇਹ ਸਭ ਤੋਂ ਵੱਡੀ ਚੁਣੌਤੀ ਚੈਲੰਜ ਜਿਹੜੀ ਆ ਸਰਕਾਰ ਵਾਸਤੇ ਹੋਊਗੀ ਫਿਰ ਇੱਕ ਇੱਕ ਕਰਕੇ ਕਈ ਵਾਕਿਆ ਜੜੇ ਨੇ ਸੀਰੀਅਸ ਘਟਨਾਵਾਂ ਹੋਈਆਂ ਜਿਦੇ ਕਰਕੇ ਸਰਕਾਰ ਦੇ ਉੱਤੇ ਸਰਕਾਰ ਦੀ ਕਵਰੀ ਜ਼ਰੀ ਤੇ ਫਿਰ ਸਵਾਲ ਉੱਠਨੇ ਸ਼ੁਰੂ ਹੋ ਗਏ। ਅ ਰਿਜ਼ਲਟ ਆਗੇ ਸੀ ਲੇਕਿਨ ਹਾਲੀ ਸਰਕਾਰ ਨਹੀਂ ਸੀ ਬਣੀ ਜਦੋਂ 14 ਮਾਰਚ ਨੂੰ ਅ ਇੱਕ ਕਬੱਡੀ ਮਸ਼ਹੂਰ ਕਬੱਡੀ ਦੇ ਪਲੇਅਰ ਜਿਹੜੇ ਨੇ ਸੰਦੀਪ ਨੰਗਲ ਅੰਬੀਆਂ ਉਹਨਾਂ ਦਾ ਜਲੰਧਰ ਦੇ ਨੇੜੇ ਕਤਲ ਹੋ ਗਿਆ। ਅ ਉਹ ਪੁਲਿਸ ਦੀ ਜਿਹੜੀ ਮੁੱਢਲੀ ਤਤਕਸ਼ ਸੀ ਉਦੋਂ ਤੋਂ ਉਹਦੇ ਚੋਂ ਪਤਾ ਲੱਗ ਗਿਆ ਕਿ ਇਹਦੇ ਚ ਕੁਝ ਗੈਂਗਸਟਰਸ ਦਾ ਹੱਥ ਹੈ। ਸੋ ਚਾਹੀਦਾ ਹੈ ਵੀ ACP ਜਦੋਂ ਸਰਕਾਰ ਨੇ ਸੱਤਾ ਸੰਭਾਲੀ ਉਹਨਾਂ ਨੂੰ ਗੈਂਗਸਟਰਸ ਦੇ ਖਿਲਾਫ ਇਮੀਡੀਏਟਲੀ ਕਾਰਵਾਈ ਸ਼ੁਰੂ ਕਰਦਣੀ ਚਾਹੀਦੀ ਸੀ ਇੱਕ ਰਣਨੀਤੀ ਜਿਹੜੀ ਸੀ ਉਹ ਬਣਾਉਣੀ ਚਾਹੀਦੀ ਸੀ ਪਰ ਸਰਕਾਰ ਉਹਨਾਂ ਦੇ ਨਾਲ ਚ ਹੋਰ ਕੰਮਾਂ 'ਚ ਬਿਜ਼ੀ ਸੀ ਸੋ ਬਹੁਤਾ ਧਿਆਨ ਆਲਮੋਸਟ 1.5 ਤੋਂ 2 ਮਹੀਨੇ ਇਨਾਂ ਜਿਹੜੀ ਗੱਲਾਂ ਤੇ ਗੈਂਗਸਟਰਸ ਵਾਲ ਜਾਂ ਹੋਰ ਜਿਹੜੀ ਪ੍ਰੋਬਲਮ ਸੀ ਚੈਲੰਜੇਸ ਸੀ ਉਹਦਰ ਧਿਆਨ ਜਿੰਨਾ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਸਰਕਾਰ ਨੂੰ ਹੋਸ਼ ਉਦੋਂ ਆਈ ਜਦੋਂ ਮਈ 9 ਨੂੰ ਅ ਮੋਹਾਲੀ ਦੇ ਵਿੱਚ ਜਿਹੜਾ ਖੂਫੀਆ ਹੈੱਡਕੁਆਟਰ ਸਿਆ ਪੰਜਾਬ ਪੁਲਿਸ ਦਾ ਉਹਦੇ ਤੇ ਰਾਕਟ ਨਾਲ ਹਮਲਾ ਕੀਤਾ ਗਿਆ ਸ਼ੁਕਰ ਹੈ ਆਪ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਲੇਕਿਨ ਪੁਲਿਸ ਹੈੱਡਕੁਆਟਰਸ ਦੇ ਉੱਤੇ ਰਾਕਟ ਦੇ ਨਾਲ ਹਮਲਾ ਕਰਨਾ ਹੀ ਇੱਕ ਬਹੁਤ ਜੁਰਤ ਵਾਲਾ ਕੰਮ ਸੀਗਾ ਸੋ ਉਸ ਵੇਲੇ ਸਰਕਾਰ ਫਿਰ ਥੋੜੀ ਜੀ ਹਰਕਤ ਚ ਆਈ ਪਰ ਫਿਰ ਵੀ ਜਿੰਨੀ ਹਰਕਤ ਚਾਣੀ ਚਾਹੀਦੀ ਸੀ ਜਿੰਨੀ ਇਹ ਸੀਰੀਅਸਨੈਸ ਸਿਚੁਏਸ਼ਨ ਨੂੰ ਸੰਭਾਲਣਾ ਚਾਹੀਦਾ ਸੀ ਉਹ ਨਹੀਂ ਸੰਭਾਲਿਆ ਔਰ ਬਾਅਦ ਵਿੱਚ ਥੋੜੇ ਦਿਨਾਂ ਬਾਅਦ ਹੀ ਜਿਸ ਵੇਲੇ ਪੁਲਿਸ ਦੀ ਇਧਰ ਉਧਰ ਲੋਡ ਪਈ ਕਿਸੇ ਨਾ ਕਿਸੇ ਥਾਂ ਦੇ ਉੱਤੇ ਤੇ ਸਿਕਿਉਰਿਟੀ ਕਟਾਉਣੀ ਸ਼ੁਰੂ ਕਰ ਦਿੱਤੀ ਜਿਹੜੇ ਐਮ ਐਲ ਏ ਸੀ ਜਾਂ ਮਿਨਿਸਟਰ ਸੀ ਜਾਂ ਹੋਰ ਲੋਕਾਂ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਚਲੋ ਸਿਕਿਉਰਿਟੀ ਕਟਾਉਣ ਦੀ ਕੋਈ ਪ੍ਰੋਬਲਮ ਨਹੀਂ ਪਰ ਇਹਦੇ ਵਿੱਚ ਵੀ ਇਹਨੂੰ ਆਪਣੀ ਪ੍ਰਾਪਤੀ ਗਿਣਾ ਕੇ ਇਹਦਾ ਲਾਹਾ ਲੈਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਜਿਹੜੀ ਸਿਕਿਉਰਿਟੀ ਕਟਾਈ ਮਈ ਦੇ ਅਖੀਰ ਦੇ ਵਿੱਚ ਉਹ ਜਨਤਕ ਕਾਰਤੀ ਲਿਸਟਾਂ ਜਿਹੜੀਆਂ ਵਾ ਜਾਰੀ ਕਰ ਜਨਤਕ ਕਾਰਤੀ ਆ ਵੀ ਦੇਖੋ ਪਿਛਲੀਆਂ ਸਰਕਾਰਾਂ ਇਹਨੇ ਲੋਕਾਂ ਨੂੰ ਇਨੀ ਸਕਿਉਰਿਟੀ ਦਿੰਦੀਆਂ ਸੀ ਅਸੀਂ ਇਹ ਸਕਿਉਰਿਟੀ ਘਟਾ ਦਿੱਤੀ ਜਦੋਂ ਸਕਿਉਰਿਟੀ ਜਨਤਕ ਹੋ ਗਈ ਤੇ ਕੁਝ ਜਿਹੜੇ ਟਾਰਗੇਟ ਸੀ ਹਾਈ ਵੈਲਿਊ ਟਾਰਗੇਟਸ ਜਿਨ੍ਹਾਂ ਨੂੰ ਵਾਕਈ ਖਤਰਾ ਸੀ ਉਹ ਵਰਨੇਬਲ ਹੋ ਗਏ ਔਰ ਉਹੀ ਹੋਇਆ 29 ਮਈ ਨੂੰ ਸਿੱਧੂ ਮੂਸੇਵਾਲਾ ਜਿਹੜਾ ਮਸ਼ਹੂਰ ਰੈਪਰ ਸਿੰਗਰ ਦੁਨੀਆ ਪਰਦਾ ਦੁਨੀਆ ਪਰ ਦੇ ਵਿੱਚ ਉਹਦੀ ਮਸ਼ਹੂਰੀ ਸੀ ਉਹਦੇ ਤੇ ਇੱਕ ਜਾਨਲੇਵਾ ਬੜੀ ਸਾਜਿਸ਼ ਦੇ ਤਹਿਤ ਸਾਜਿਸ਼ ਕਈ ਚਿਰ ਤੋਂ ਰਚੀ ਜਾ ਰਹੀ ਸੀ ਉਹਦੇ ਤੇ ਤੈਦੁਰੇ ਤੇ ਅਟੈਕ ਹੋਇਆ ਔਰ ਉਹਨੂੰ ਮਾਰਤਾ ਉਦੋਂ ਫਿਰ ਰੌਲਾ ਜਨੋ ਪਿਆ ਕਿਉਂਕਿ ਸਿੱਧੂ ਮੂਸੇਵਾਲਾ ਕੋਈ ਆਰਡੀਨਰੀ ਸਿੰਗਰ ਨਹੀਂ ਸੀਗਾ ਉਦੋਂ ਜਦ ਰੌਲਾ ਪਿਆ ਤੇ ਉਦੋਂ ਸਰਕਾਰ ਨੂੰ ਲੱਗਾ ਵੀ ਸ਼ਾਇਦੇ ਗਲਤੀ ਹੋ ਗਈ ਪਰ ਗਲਤੀ ਮੰਦੀਆਂ ਕਿੱਥੇ ਅਸਰ ਕਰਾਂ ਉਸ ਤੋਂ ਬਾਅਦ ਫਿਰ ਕਾਰਵਾਈ ਸ਼ੁਰੂ ਹੋਈ ਕੋਈ ਟਰਾਂਸਫਰਸ ਹੋਈਆਂ ਕੁਝ ਬਦਲੀਆਂ ਕੀਤੀਆਂ ਗਈਆਂ ਕੁਝ ਲੋਕੀ ਅरेस्ट ਹੋਏ ਦਿੱਲੀ ਪੁਲਿਸ ਨੇ ਵੀ ਮਦਦ ਕੀਤੀ ਉਹਨਾਂ ਵੀ ਕੁਝ ਲੋਕਾਂ ਨੂੰ ਅरेस्ट ਕੀਤਾ ਲੇਕਿਨ ਥੋੜੇ ਦਿਨਾਂ ਬਾਅਦ ਹੀ ਅਕਤੂਬਰ 1 ਸੀ ਸ਼ਾਇਦ ਜਦੋਂ ਇੱਕ ਗੈਂਗਸਟਰ ਜਿਹੜਾ ਸਿੱਧੂ ਮੂਸੇਵਾਲਾ ਕਤਲकांड 'ਚ ਇਨਵੋਲਡ ਸੀ ਟੀਨੂ ਉਹ ਮਾਨਸਾ ਸੀਆਈਏ ਜਿਹੜੀ ਆ ਉਹਦੀ ਕਸਟਡੀ ਚੋਂ ਭੱਜ ਗਿਆ ਫਰਾਰ ਹੋ ਗਿਆ ਇਹਦਾ ਮਤਲਬ ਹੈ ਵੀ ਸਰਕਾਰ ਨੇ ਜਿਹੜੀਆਂ ਪੁਲਿਸ ਦੀਆਂ ਵਿੱਚ ਜਿਹੜੇ ਇੰਪੋਰਟੈਂਟ ਜਗ੍ਹਾ ਤੇ ਤਾਇਨਾਤ ਲੋਕ ਸੀ ਉਹਦੇ 'ਚ ਕੁਝ ਕਾਲੀਆਂ ਭੇਡਾਂ ਵੀ ਸੀ ਉਹਨਾਂ ਦੀ شناخت ਤੇ ਨਹੀਂ ਚੰਗੀ ਤਰ੍ਹਾਂ ਕੀਤੀ ਸੋ ਆਬਵੀਅਸਲੀ ਪੁਲਿਸ ਤੇ ਕੁਝ ਲੋਕਾਂ ਨੇ ਉਹਨੂੰ ਭਜਾਤਾ ਉਦੋਂ ਫਿਰ ਸਰਕਾਰ ਦੀ ਕਾਫੀ ਆਲੋਚਨਾ ਹੋਈ ਔਰ ਮਹੀਨੇ ਬਾਅਦ ਹੀ ਇੱਕ ਤੋਂ ਬਾਅਦ ਦੂਜਾ ਵਾਕਿਆ ਸ਼ੁਰੂ ਹੋ ਗਿਆ ਨਵੰਬਰ 4 ਨੂੰ ਸ਼ਿਵ ਸੈਨਾ ਦਾ ਇੱਕ ਲੀਡਰ ਹੈ ਸੁਦੀਰ ਸੂਰੀ ਉਹਦੀ ਹੱਤਿਆ ਕਰ ਦਿੱਤੀ ਗਈ ਹਾਲਾਂਕਿ ਉਹਨੂੰ ਸਕਿਉਰਿਟੀ ਦਿੱਤੀ ਹੋਈ ਸੀ ਪਰ ਪ੍ਰੋਪਰ ਸਕਿਉਰਿਟੀ ਡ੍ਰਿਲ ਫਾਲੋ ਨਹੀਂ ਹੋਇਆ ਉਹਦੀ ਹੱਤਿਆ ਹੋ ਗਈ ਹਫਤੇ ਬਾਅਦ ਹੀ ਪੰਜਾਂ ਦਿਨਾਂ ਬਾਅਦ ਹੀ ਇੱਕ ਡੇਰਾ ਪ੍ਰੇਮੀ ਸੀ ਪ੍ਰਦੀਪ ਸਿੰਘ ਉਹਨੂੰ ਵੀ ਸਕਿਉਰਿਟੀ ਦਿੱਤੀ ਹੋਈ ਸੀ ਪਰ ਉੱਥੇ ਵੀ ਸਕਿਉਰਿਟੀ ਡ੍ਰਿਲ ਪ੍ਰੋਪਰਲੀ ਰਿਹਰਸ ਨਹੀਂ ਸੀ ਕੀਤੀ ਗਈ ਉਹਨੂੰ ਵੀ ਸਕਿਉਰਿਟੀ ਦਿੱਤੀ ਹੋਈ ਸੀ ਪਰ ਉਹਦੀ ਵੀ ਹੱਤਿਆ ਕਰ ਦਿੱਤੀ ਗਈ ਸੋ ਇੱਕ ਤੋਂ ਬਾਅਦ ਇੱਕ ਇਹ ਵਾਕਿਆ ਹੋਣੇ ਸ਼ੁਰੂ ਹੋਏ ਔਰ ਫਿਰ ਦਸੰਬਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਪਾਰੀ ਸੀ ਉਹਨਾਂ ਨੂੰ ਫਰੋਤੀਆਂ ਆ ਰਹੀਆਂ ਸੀ ਔਰ ਇਸੇ ਤਰ੍ਹਾਂ ਦਾ ਇੱਕ ਵਪਾਰੀ ਮਸ਼ਹੂਰ ਵਪਾਰੀ ਸੀ ਨਕੂਦਰਦਾ ਟਿਮੀ ਚਾਵਲਾ ਉਹਨੂੰ ਫਰੋਤੀ ਦੀ ਡਿਮਾਂਡ ਗਈ ਉੰਨੇ ਨਾਨੂਕਰ ਕੀਤੀ ਔਰ ਉਹਨੂੰ ਮਾਰ ਦਿੱਤਾ ਗਿਆ ਫਿਰ ਕੁਝ ਅਮਨ ਖੰਨੂਨ ਦੀ ਸਥਿਤੀ ਠੀਕ ਰਹੀ ਲੇਕਿਨ ਫਿਰ ਫਰਵਰੀ ਦੇ ਵਿੱਚ ਦੋ ਤਿੰਨ ਇਹੋ ਜਿਹੇ ਵਾਕਿਆ ਹੋ ਗਏ ਜਿੱਦ ਕਰਕੇ ਫਿਰ ਸਰਕਾਰ ਦੀ ਅਲੋਚਨਾ ਸ਼ੁਰੂ ਹੋਈ ਸਰਕਾਰ ਤੇ ਸਵਾਲ ਉਠਣੇ ਸ਼ੁਰੂ ਹੋਏ ਫਰਵਰੀ 23 ਨੂੰ ਤੁਹਾਨੂੰ ਪਤਾ ਹੀ ਹੈ ਕਿ ਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਵਾਰਿਸ ਪੰਜਾਬ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਜਾ ਕੇ ਉੱਥੇ ਹਮਲਾ ਕੀਤਾ ਪੁਲਿਸ ਨਾਲ ਚੜਪ ਹੋਈ ਬਹੁਤ ਸਾਰੇ ਪੁਲਿਸ ਕਰਮੀ ਜ਼ਖਮੀ ਵੀ ਹੋ ਦਿੱਚੇ ਹੋਏ ਉਸ ਤੋਂ ਬਾਅਦ ਤਿੰਨ ਦਿਨ ਬਾਅਦ ਹੀ ਗਵਿੰਦਵਾਲ ਜੇਲ੍ਹ ਦੇ ਵਿੱਚ ਜਿੱਤੇ ਸਾਰੇ ਜਿਹੜੇ ਸਿੱਧੂ ਮੂਸੇਵਾਲਾ ਦੇ ਗੈਂਗਸਟਰ ਜਿਹੜੇ ਫੜੇ ਹੋਏ ਸੀ ਉਹ ਇਕੱਠੇ ਕੀਤੇ ਹੋਏ ਸੀ 25 26 ਸੀ ਉੱਥੇ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ ਜਿੱਦੇ ਦੋ ਗੈਂਗਸਟਰਸ ਮਾਰੇ ਗਏ ਸਿਰਫ ਇਹੋ ਹੀ ਨਹੀਂ ਚਾਰ ਪੰਜ ਦਿਨ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਹੜੀ ਜੇਲ੍ਹ ਦੇ ਅੰਦਰ ਬਣਾਈ ਗਈ ਇਸ ਦੋ ਨੂੰ ਮਾਰਨ ਤੋਂ ਬਾਅਦ ਸੋ ਇਹਦੇ ਤੇ ਫਿਰ ਲੱਗਾ ਵੀ ਇੱਕ ਕੀ ਸਰਕਾਰ ਇਹਦੇ ਬੜ ਕਹਿ ਰਹੇ ਸੀ ਅਹੀਂ ਬੜੇ ਇਨੇ ਮੋਬਾਈਲ ਫੜਲੇ ਜ਼ਿਲਾਂ ਦੇ ਵਿੱਚ ਤੇ ਸਭ ਕੁਝ ਹੈਗਾ ਉੱਥੇ ਸਭ ਕੁਝ ਮੁਹਈਆ ਵਾ ਜ਼ਿਲ੍ਹਾ ਦੇ ਕਤਲ ਵੀ ਹੋ ਰਿਹਾ ਵਾਇਰਲ ਉੱਥੇ ਜਿਹੜੇ ਵੀਡੀਓ ਬਣ ਰਹੇ ਉਹ ਵੀ ਵਾਇਰਲ ਹੋ ਰਿਹਾ ਔਰ ਤੁਸੀਂ ਅੱਜ ਸੁਣਿਆ ਹੀ ਆਂ ਕਿ ਦੋ ਦਿਨ ਪਹਿਲਾਂ ਕੱਲ ਜਿਹੜਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਲੋਰੈਂਸ ਬਿਸ਼ਨੋਈ ਮਸ਼ਹੂਰ ਗੈਂਗਸਟਰ ਜਿਹੜਾ ਵਾ ਗੈਂਗ ਲੀਡਰ ਜਿਹੜਾ ਵਾ ਉਹਦਾ ਇੰਟਰਵਿਊ ਇੱਕ ਚੈਨਲ ਤੇ ਨਸ਼ਰ ਹੋਇਆ ਉਹ ਫਿਰ ਵੀ ਆਪ ਸਰਕਾਰ ਕਹਿ ਰਹੀ ਆ ਕਿ ਸਾਡੇ ਜੇਲਾਂ ਦੇ ਵਿੱਚ ਸਾਡੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਇਆ ਚਲੋ ਉਹ ਤੇ ਬਾਅਦ ਚ ਪਤਾ ਲੱਗੂਗਾ ਪਰ ਕਿਉਂਕਿ ਇੱਕ ਬੈਕਗ੍ਰਾਉਂਡ ਆ ਜੇਲ੍ਹ ਦੇ ਵਿੱਚ ਕਲੈਸ਼ ਹੋਏ ਜੇਲ੍ਹ ਦੇ ਵਿੱਚ ਵੀਡੀਓ ਬਣ ਰਹੀਆਂ ਸੀਗੀਆਂ ਸੋ ਲੱਗਦਾ ਵਾ ਕਿ ਸ਼ਾਇਦ ਇਹ ਵੀ ਇੱਥੇ ਹੀ ਹੋਇਆ ਹੋਊਗਾ سو اس کرکے سرکار دی جڑی امن قانون دی ਵਿਵਸਥਾ ਰਹੀ ਹੈ ਉਹਦੇ ਤੇ ਵਾਕਈ ਕਈ ਸਵਾਲੀਆ ਨਿਸ਼ਾਨ ਉੱਠਦੇ ਨੇ ہاں کچھ ਕਾਰਵਾਈਆਂ ਕੀਤੀਆਂ ਵੀ ਹੈ ਸਰਕਾਰ ਨੇ ਜਿਵੇਂ ਇੱਕ ਦੋ ਗੈਂਗਸਟਰਸ ਦਾ ਇਨਕਾਊਂਟਰ ਹੋਇਆ ਸੀ ਅੰਮ੍ਰਿਤਸਰ ਦੇ ਨੇੜੇ ਜੁਲਾਈ ਦੇ ਵਿੱਚ ਉਸ ਤੋਂ ਬਾਅਦ 11 11.5 ਹਜ਼ਾਰ ਸਰਕਾਰ ਮੁਤਾਬਿਕ 11.5 ਹਜ਼ਾਰ ਸਮਗਲਰ ਜਿਹੜੇ ਨੇ ਡਰਗ ਸਮਗਲਰ ਫੜੇ ਨੇ ਉਹਨਾਂ ਚ ਕੋਈ ਵੱਡੀਆਂ ਮੱਛੀਆਂ ਵੀ ਆ 15 1600 ਉਹਨਾਂ ਨੇ ਕਿਹਾ ਕਿ ਆ 750 ਕਿਲੋ ਦੇ ਕਰੀਬ ਹਿਰੋਇਨ ਵੀ ਫੜੀ ਆ ਕੁਝ ਪੰਜਾਬ ਚ ਕੋਈ ਗੁਜਰਾਤ ਚ ਮਹਾਰਾਸ਼ਟra ਕੋਸਟਲਾਈਨ ਦੇ ਉਤੇ 5-600 ਗੈਂਗਸਟਰ ਵੀ ਅਰੈਸਟ ਕੀਤੇ ਆ ਲੇਕਿਨ ਹਾਲੇ ਵੀ ਸਰਕਾਰ ਦੇ ਸਾਹਮਣੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਕਈ ਚੁਣੌਤੀਆਂ ਆ ਇੱਕ ਤੇ ਜਿਹੜੇ ਗੈਂਗਸਟਰਸ ਬਾਹਰ ਗੋਲਡੀ ਬਰਾੜ ਸਚਿਨ ਬਿਸ਼ਨੋਈ ਅਨ ਅਨਮੋਲ ਬਿਸ਼ਨੋਈ ਲਿਪਿੰਨੇਰਾ ਵਰਗੇ ਲੋਕ ਅਰਸ਼ਤਲ ਵਰਗੇ ਲੋਕ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਵਾਪਸ ਲਾਉਣੀ ਇੱਕ ਬਹੁਤ ਵੱਡੀ ਚੈਲੰਜ ਹੈ ਇੱਕ ਜਿਹੜੇ ਹਥਿਆਰਬੰਦ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਿਗ੍ਹਾ ਰੱਖਣੀ ਨਜ਼ਰ ਰੱਖਣੀ ਬਹੁਤ ਵੱਡੀ ਪ੍ਰੋਬਲਮ ਹੈ ਪੌਣੇ 3 ਕਰੋੜ ਪੌਣੇ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਔਰ ਕਰੀਬ ਪੌਣੇ 4 ਲੱਖ ਅਸਲਾ ਪੰਜਾਬ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਅਸਲਾ ਪੰਜਾਬ ਦੇ ਵਿੱਚ ਹੈ ਔਰ 8100 ਲਾਇਸੈਂਸ ਕੈਨਸਲ ਕੀਤੇ ਜਾ ਰਹੇ ਹਨ ਪਰ ਪ੍ਰੋਬਲਮ ਇਹ ਹੈ ਕਿ ਜਿਹਨਾਂ ਲੋਕਾਂ ਦਾ ਲਾਇਸੈਂਸ ਕੈਨਸਲ ਹੋ ਰਿਹਾ ਜੇ ਉਹਨਾਂ ਦਾ ਤੇ ਹਮਲਾ ਹੋ ਗਿਆ ਉਹਨਾਂ ਤੇ ਤੇ ਫਿਰ ਉਹ ਕਹਿਣਗੇ ਦੇਖੋ ਸਰਕਾਰ ਨੇ ਸਾਨੂੰ ਬਰਬਾਦ ਕੀਤਾ ਸੋ ਕਈ ਚੈਲੰਜਸ ਆ ਮੇਰਾ ਖਿਆਲ ਹੈ ਸਰਕਾਰ ਨੂੰ ਅਮਨ ਕਾਨੂੰਨ ਦੀ ਵਿਵਸਥਾ ਨੂੰ ਹਾਲੀਵੀਂ ਚੁਸ ਦਰੁਸਤ ਕਰਨ ਲਈ ਕਾਫੀ ਕਦਮ ਚੁੱਕਣ ਦੀ ਲੋੜ ਆ ਔਰ ਮੇਰੇ ਖਿਆਲ ਇੱਕ ਪ੍ਰੋਪਰ ਡੀਜੀਪੀ ਲਾਉਣ ਦੀ ਲੋੜ ਆ ਜੇ ਗੌਰਵ ਯਾਦਵ ਨੂੰ ਹੀ ਡੀਜੀਪੀ ਰੱਖਣਾ ਚਾਹੁੰਦਾ ਚਾਹੁੰਦੇ ਆ ਤੇ ਫਿਰ ਇਹਦਾ ਪੈਨਲ ਦੇ ਉੱਤੇ ਨਾ ਭੇਜਣ ਔਰ ਉਹਦੀ ਮਨਜ਼ੂਰੀ ਲੈਣ ਕਿਉਂ ਕੀ ਹੁਣ ਗ੍ਰੇਵ ਪਾਕ ਜਿਹੜਾ ਵਾ ਇਹਦੇ ਤੇ ਇਤਰਾਜ਼ ਕਰ ਰਿਹਾ ਵੀ ਤੁਸੀਂ ਹਲ ਤੱਕ ਐਕਟਿੰਗ ਡੀਜੀਪੀ ਅਫੀਸ਼ੀਏਟਿੰਗ ਡੀਜੀਪੀ ਦੇ ਨਾਲ ਆਪਣਾ ਕੰਮ ਕਾਜ ਕਰ ਰਹੇ ਜੇ ਔਰ ਇੱਕ ਪ੍ਰੋਪਰ ਟੈਨਿਓਰ ਦਿੱਤੀ ਜਾਵੇ ਸਾਰੇ ਐਸਐਸਪੀਜ਼ ਨੂੰ ਔਰ ਐਸਐਚਓਜ਼ ਨੂੰ ਤਾਂ ਕਿ ਦੁਬਾਰਾ ਦੁਬਾਰਾ ਉਹਦੀਆਂ ਬਦਲੀਆਂ ਨਾ ਹੋਣ ਉਹਦੇ ਨਾਲ ਮਨੋਬਲ ਜਿਹੜਾ ਪੁਲਿਸ ਦਾ ਉਹ ਡਿਗਦਾ ਵਾ